ਜਿਨ੍ਹਾਂ ਨੇ ਵੀ ਨਸ਼ਾ ਛੱਡਣ ਦਾ ਅੱਜ ਤੱਕ ਮਨ ਬਣਾ ਲਿਆ ਵੀ ਅਸੀਂ ਨਸ਼ਾ ਛੱਡਣਾ ਹੈ ਬਿਨਾ ਤੋੜ ਬਿਨਾ ਤਕਲੀਫ ਬਿਨਾ ਕੰਮ ਛੱਡੇ ਘਰ ਬੈਠੇ ਬਿਠਾਏ ਤੁਸੀਂ ਨਸ਼ਾ ਛੱਡੋ ਨਰਵੋ ਪਲਸ ਡੀ ਦੇ ਨਾਂ ਤੇ ਗਵਰਨਮੈਂਟ ਕੋਲੋਂ ਸਰਟੀਫਾਈਡ ਆ ਜੀ ਐਮ ਪੀ ਸਰਟੀਫਾਈਡ ਆ ਇੱਚ ਜੋ ਜੋ ਫਾਰਮੂਲਾ ਪਾਇਆ ਬੜਾ ਸ਼ੁੱਧ ਸਾਫ਼ ਲਫ਼ਜ਼ਾਂ ਚ ਲਿਖਿਆ ਹੈ ਇੱਕ ਇੱਕ ਫਾਰਮੂਲੇ ਨੂੰ ਗੂਗਲ ਤੇ ਪਾਈ ਜਾਓ ਸਰਚ ਕਰੀ ਜਾਓ ਪੜੀ ਜਾਓ ਤੁਹਾਨੂੰ ਪਤਾ ਲੱਗੂਗਾ ਵੀ ਵਾਕਈ ਅਗਰ ਦੁਨੀਆਂ ਚ ਕੋਈ ਨਸ਼ਾ ਛਡਾਉਣ ਦੀ ਦਵਾਈ ਹੈਗੀ ਹੈ ਸੱਚ ਮਿਹਣਿਆਂ ਦੇ ਵਿੱਚ ਤਾਂ ਉਹ ਇੱਕ ਇਹ ਦਵਾਈ ਆ ਪਹਿਲੇ ਦਿਨ ਤੋਂ ਨਸ਼ਾ ਬੰਦ ਹੋ ਜਾਂਦਾ ਔਰ 40 ਜਾਂ 45 ਦਿਨ ਚ ਆਪਣੀ ਦਵਾਈ ਬੰਦ ਹੋ ਜਾਂਦੀ ਹੈ ਆਪਣੇ ਬੱਚੇ ਨੂੰ ਜਾਂ ਆਪਣੇ ਘਰ ਦੇ ਵਿੱਚ ਕਿਸੇ ਵੀ ਮੈਂਬਰ ਨੂੰ ਅਸੀਂ ਨਸ਼ਾ ਛਡਾਉਣਾ ਤਾਂ ਤੁਹਾਨੂੰ ਪਹਿਲਾਂ ਖੁਦ ਪੂਰੇ ਪਰਿਵਾਰ ਨੂੰ ਡਿਸੀਜਨ ਲੈਣਾ ਪਊਗਾ ਘਰ ਦੇ ਵਿੱਚ ਬੀਬੀਆਂ ਪਰੇਸ਼ਾਨ ਹੋ ਜਾਂਦੀਆਂ ਕਿ ਸਾਡਾ ਜੀ ਜੇਕਰ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਫਿਰ ਛੱਡ ਕਿਉਂ ਨਹੀਂ ਪਾ ਰਿਹਾ ਜੇ ਤਾਂ ਚਲੇਗਾ ਐਲੋਪੈਥਿਕ ਕਿਸੇ ਹਸਪੀਟਲ ਤੋਂ ਉਹਦਾ ਲੰਮਾ ਪਾ ਕੇ ਗਲੂਗੋਜ਼ ਲਾਤਾ 10-15 ਦਿਨ ਰੱਖ ਕੇ ਉਹਦਾ ਵਧੀਆ ਬਿਲਕੁਲ ਬਣਾ ਕੇ ਹੱਥ ਜੋੜ ਦਿੰਦੇ ਆ ਬਾਅਦ ਚ ਦਵਾਈ ਲਿਖ ਦਿੰਦੇ ਵੀ ਘਰੋਂ ਦੇ ਦੋ ਜੋ ਨਸ਼ਾ ਕਰਦਾ ਉਹਨੂੰ ਤਾਂ ਨਸ਼ੇ ਤੱਕ ਮਤਲਬ ਹੈ ਉਹਨੂੰ ਤਾਣੇ ਮਾਰਨ ਦੀ ਲੋੜ ਨਹੀਂ ਉਹਨੂੰ ਟੌਰਚਰ ਨਾ ਕਰੋ ਉਹਨੂੰ ਆਪਾਂ ਕਿਵੇਂ ਬਚਾਉਣਾ ਪਿਆਰ ਨਾਲ ਸਾਡੇ ਵਾਲੇ ਦਿਵਾਲੇ ਅੱਜ ਕੋਈ ਨਾ ਕੋਈ ਖਾਸ ਕਰਕੇ ਨੌਜਵਾਨ ਨਸ਼ੇ ਦੀ ਲਪੇਟ ਵਿੱਚ ਆ ਗਿਆ ਉਸ ਦੇ ਪਿੱਛੇ ਹੋਰ ਬਹੁਤ ਸਾਰੀਆਂ ਮਜਬੂਰੀਆਂ ਹੋਣ ਪਰ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਕੱਢਣਾ ਵੀ ਸਮਾਜ ਦੇ ਵਿੱਚ ਰਹਿੰਦੇ ਵਸਿੰਦਿਆਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਔਰ ਇਸੇ ਕਰਕੇ ਅਸੀਂ ਪਹੁੰਚੇ ਹਾਂ ਵਿਸ਼ੇਸ਼ ਤੌਰ ਤੇ 44 ਸੈਕਟਰ ਚੰਡੀਗੜ੍ਹ ਦੇ ਅੰਦਰ ਵਰਦਾਨ ਆਰਗੇਨਾਈਜੇਸ਼ਨ ਦੇ ਐਮ ਡੀ ਸੁਭਾਸ਼ ਗੋਇਲ ਜੀ ਕੋਲ ਜਿਨ੍ਹਾਂ ਦਾ ਕੰਮ ਹੈ ਔਰ ਕਿੰਨੇ ਹੀ ਨੌਜਵਾਨ ਨੇ ਅਣਗਿਣਤ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੂੰ ਨਸ਼ਾ ਛਡਾਉਣ ਦੇ ਵਿੱਚ ਮਦਦ ਕੀਤੀ ਆ ਉਹਨਾਂ ਨੇ ਇਹ ਸਾਰੇ ਮਸਲੇ ਤੇ ਗੱਲ ਕਰਾਂਗੇ ਕਿ ਆਖਰਕਾਰ ਨਸ਼ੇ ਵਿੱਚ ਜਿਹੜਾ ਕੋਈ ਪੈ ਗਿਆ ਕਿਸੇ ਕਾਰਨ ਉਸ ਨੂੰ ਕੱਢਿਆ ਕਿਵੇਂ ਜਾ ਸਕਦਾ ਹੈ ਸਭ ਤੋਂ ਪਹਿਲਾਂ ਗੁਇਲ ਸਾਹਿਬ ਇਹ ਹੀ ਜਾਨਣਾ ਚਾਹਾਂਗੇ ਕਿ ਨਸ਼ੇ ਦੀ ਦਲਦਲ ਦੇ ਵਿੱਚੋਂ ਜੇਕਰ ਨਿਕਲਣਾ ਹੈ ਤਾਂ ਪਹਿਲੀਆਂ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਧਿਆਨ ਚ ਰੱਖਣਾ ਹੀ ਪੈਣਾ ਦੇਖੋ ਜਿਨ੍ਹਾਂ ਨੇ ਵੀ ਨਸ਼ਾ ਛੱਡਣ ਦਾ ਅੱਜ ਤੱਕ ਮਨ ਬਣਾ ਲਿਆ ਵੀ ਅਸੀਂ ਨਸ਼ਾ ਛੱਡਣਾ ਹੈ ਉਹਦੇ ਵਾਸਤੇ ਜਿਹੜੀ ਆਪਣੀ ਬਰਦਾਨ ਆਯੁਰਵੈਦਿਕ ਸੰਸਥਾ ਹੈਗੀ ਆ ਇੱਥੇ ਜਿਹੜੀ ਦਵਾਈ ਬਣਦੀ ਆ ਉਹ ਵਾਕੇ ਉਹਨਾਂ ਵਾਸਤੇ ਬਰਦਾਨ ਸਾਬਤ ਹੋਈ ਆ ਸਾਡਾ ਇੱਕੋ ਹੀ ਨਾਰਾ ਹੁੰਦਾ ਸਭ ਤੋਂ ਪਹਿਲਾਂ ਕਿ ਬਿਨਾਂ ਕੋਈ ਤੋੜ ਤਕਲੀਫ ਦੇ ਬਿਨਾ ਕੋਈ ਕੰਮਕਾਰ ਛੱਡੇ ਬਿਨਾ ਕਿਤੇ ਦਾਖਲ ਕੀਤੇ ਇਹ ਸਾਡਾ ਇੱਕ ਫਰਸਟ ਏਮ ਸੀਗਾ ਕਿ ਪੇਸ਼ੈਂਟ ਨੂੰ ਦਾਖਲ ਨਾ ਕਰਨਾ ਪਵੇ ਕਿਉਂਕਿ ਦਾਖਲ ਕਰਨਾ ਇੱਕ ਬੜੀ ਮੁਸੀਬਤ ਦਾ ਕੰਮ ਹੁੰਦਾ ਪੇਸ਼ੈਂਟ ਵਾਸਤੇ ਉਹਦੇ ਪਰਿਵਾਰ ਵਾਸਤੇ ਤਾਂ ਉਹ ਘਰੇ ਬੈਠੇ ਬਿਠਾਏ ਆਪਣਾ ਨਸ਼ਾ ਛੱਡੇ ਤਾਂ ਉਹਦੇ ਵਾਸਤੇ ਇਹ ਦਵਾਈ ਬਣਾਈ ਗਈ ਔਰ ਸਿੰਪਲ ਦਵਾਈ ਦਿੰਨੇ ਆ ਸੀ ਔਰ ਜਿਹੜੀਆਂ ਗੱਲਾਂ ਦਾ ਤੁਸੀਂ ਕਹਿੰਦੇ ਹੋ ਧਿਆਨ ਰੱਖਣਾ ਚਾਹੀਦਾ ਉਹ ਇਹੀ ਰੱਖਣਾ ਚਾਹੀਦਾ ਕਿ ਜਦੋਂ ਸਾਡਾ ਨਸ਼ਾ ਛੱਡਣ ਦਾ ਮਨ ਬਣ ਗਿਆ ਤਾਂ ਪੂਰੇ ਪਰਿਵਾਰ ਨੂੰ ਨਸ਼ਾ ਛੱਡਣ ਵਾਲੇ ਨੂੰ ਕੁਝ ਨਹੀਂ ਪਤਾ ਹੁੰਦਾ ਨਸ਼ਾ ਕਰਨ ਵਾਲੇ ਨੂੰ ਕੁਝ ਨਹੀਂ ਪਤਾ ਹੁੰਦਾ ਉਹਨੂੰ ਤਾਂ ਆਪਦੇ ਨਸ਼ੇ ਦਾ ਜੁਗਾੜ ਪਤਾ ਹੈ ਵੀ ਮੈਂ ਕਿੱਥੋਂ ਕਰਨਾ ਹੈ ਦਿੱਲੀ ਕਿਉਂਕਿ ਕੋਈ 2000 ਦਾ ਨਸ਼ਾ ਰੋਜ਼ ਕਰ ਰਿਹਾ ਕੋਈ 5000 ਦਾ ਨਸ਼ਾ ਰੋਜ਼ ਕਰ ਰਿਹਾ ਕੋਈ 500 ਰੁਪਏ ਦਾ ਨਸ਼ਾ ਰੋਜ਼ ਕਰ ਰਿਹਾ ਕੋਈ 50 ਰੁਪਏ ਦਾ ਨਸ਼ਾ ਰੋਜ਼ ਕਰ ਰਿਹਾ ਜੋੜਾ ਬੰਦਾ ਜਿੰਨੇ ਤੱਕ ਦਾ ਵੀ ਨਸ਼ਾ ਕਰਦਾ ਹੈ ਉਹਦੇ ਲਈ ਉਹਨਾਂ ਕੀ ਨਸ਼ੇ ਦਾ ਜੁਗਾੜ ਕਰਨਾ ਬਹੁਤ ਔਖਾ ਲੇਕਿਨ ਉਹਦੇ ਵਾਸਤੇ ਜੇ ਨਸ਼ਾ ਛਡਾਉਣਾ ਤਾਂ ਪਰਿਵਾਰ ਨੂੰ ਕੀ ਕਰਨਾ ਚਾਹੀਦਾ ਪਰਿਵਾਰ ਨੂੰ ਕੀ ਧਿਆਨ ਰੱਖਣਾ ਚਾਹੀਦਾ ਉਹ ਗੱਲ ਮੈਟਰ ਕਰਦੀ ਹੈ ਕਿਉਂਕਿ ਮੈਂ ਜਦੋਂ ਕਾਉਂਸਲਿੰਗ ਕਰਦਾ ਮੇਰਾ ਕੰਮ ਹੈ ਪੇਸ਼ੈਂਟ ਨੂੰ ਕਾਉਂਸਲਿੰਗ ਦੇਣਾ ਮੈਂ ਸਿਰਫ ਆਪਣਾ ਨੇਚਰੋਪੈਥੀ ਔਰ ਯੋਗਾ ਦੇ ਵਿੱਚ ਆਪਣੇ ਆਪ ਨੂੰ ਟ੍ਰੇਨਡ ਕੀਤਾ ਉਹਦੇ ਵਿੱਚ ਹੀ ਮੈਂ ਆਪਣੀ ਮੁਹਾਰਤ ਲਈ ਹੈ ਔਰ ਉਹਦੇ ਵਾਸਤੇ ਹੀ ਮੈਂ ਸਾਰੀਆਂ ਗੱਲਾਂ ਦੱਸਦਾ ਉਹਨਾਂ ਸਭ ਤੋਂ ਪਹਿਲੀ ਚੀਜ਼ ਕੀ ਹੈ ਕਿ ਕੋਈ ਬਿਮਾਰੀ ਆ ਚਾਹੇ ਚਾਹੇ ਕੋਈ ਨਸ਼ਾ ਚਾਹੇ ਕੋਈ ਕਿਸੇ ਕਿਸਮ ਦੀ ਗੱਲ ਹੈ ਪਹਿਲਾਂ ਸਾਨੂੰ ਇੱਕ ਪਲੇਟਫਾਰਮ ਤੇ ਖੜੇ ਹੋਣਾ ਪਊਗਾ ਔਰ ਕਲੀਅਰ ਕਰਨੀ ਪਊਗੀ ਇੱਕ ਚੀਜ਼ ਵੀ ਅਸੀਂ ਕੀ ਇਹ ਕੰਮ ਕਰਨਾ ਜਦੋਂ ਅਸੀਂ ਡਿਸੀਜਨ ਲੈ ਲਿਆ ਵੀ ਅਸੀਂ ਇਹ ਕੰਮ ਕਰਨਾ ਆਪਣੇ ਬੱਚੇ ਨੂੰ ਜਾਂ ਆਪਣੇ ਘਰ ਦੇ ਵਿੱਚ ਕਿਸੇ ਵੀ ਮੈਂਬਰ ਨੂੰ ਅਸੀਂ ਨਸ਼ਾ ਛਡਾਉਣਾ ਤਾਂ ਤੁਹਾਨੂੰ ਪਹਿਲਾਂ ਖੁਦ ਪੂਰੇ ਪਰਿਵਾਰ ਨੂੰ ਡਿਸੀਜਨ ਲੈਣਾ ਪਊਗਾ ਕੋਈ ਚਾਚਾ ਤਾਇਆ ਕੋਈ ਭੂਆ ਫੂਫਾ ਕੋਈ ਆਂਡ ਗਵਾਂਡ ਕੋਈ ਕੰਮ ਨਹੀਂ ਆਉਂਦਾ ਕੰਮ ਆਊਗਾ ਸਿਰਫ ਇੱਕੋ ਹੀ ਤੁਹਾਡਾ ਇਨਸਾਨ ਜਾਂ ਤੁਹਾਡੇ ਮਾਪੇ ਜਾਂ ਤੁਹਾਡੀ ਵਾਈਫ ਜਾਂ ਤੁਸੀਂ ਆਪ ਖੁਦ ਡਿਸੀਜਨ ਲੈਣਾ ਪਊਗਾ ਜਿਹੜਾ ਬੰਦਾ ਨਸ਼ੇ ਕਰਦਾ ਉਹ ਡਿਸੀਜਨ ਨਹੀਂ ਲੈ ਪਾਉਂਦਾ ਉਹਦਾ ਥਾਲੀ ਦੇ ਬੈਂਗਣ ਵਰਗਾ ਮਾਈਂਡ ਹੁੰਦਾ 24 ਘੰਟੇ ਕੋਈ ਪਤਾ ਨਹੀਂ ਕਿੱਧਰ ਨੂੰ ਹਿੱਲ ਜੇ ਤਾਂ ਡਿਸੀਜਨ ਲੈਣਾ ਪੈਂਦਾ ਪਰਿਵਾਰ ਨੂੰ ਔਰ ਪਰਿਵਾਰ ਜਿਹੜਾ ਹੈਗਾ ਉਹ ਜਿੱਥੇ ਵੀ ਉਹਨੂੰ ਲੈ ਕੇ ਜਾਂਦਾ ਨਸ਼ਾ ਚੜਾਉਣ ਵਾਸਤੇ ਮਸੀਬਤ ਇਹ ਹੈ ਕਿ ਉਹ ਜਿੱਥੇ ਵੀ ਉਹਨੂੰ ਨਸ਼ਾ ਛੱਡਣ ਵਾਸਤੇ ਜਾਂ ਛਡਾਉਣ ਵਾਸਤੇ ਲੈਣ ਜਾਂਦਾ ਲੈ ਕੇ ਜਾਂਦਾ ਉੱਥੇ ਉਹ ਕੀ ਹੁੰਦਾ ਉਹਦੇ ਨਾਲ ਜੇ ਤਾਂ ਚਲੇਗਾ ਉਹ ਐਲੋਪੈਥਿਕ ਕਿਸੇ ਹਸਪੀਟਲ 'ਚ ਉਹਦਾ ਲੰਮਾ ਬਾਕੇ ਗਲੂਗੋਸ ਲਾਤਾ ਹੈ ਨਾ ਤੇ ਉਹਨੂੰ ਗੋਲੀਆਂ ਗੋਲੀਆਂ ਜਿਹੜੀਆਂ ਉਹ ਐਂਟੀਡਾਟ ਹੋਗੇ ਮਤਲਬ ਉਹ ਬੰਦਾ ਅਸਮਾਨ ਤੋਂ ਗਿਰਿਆ ਖਜੂਰ ਚ ਫਸ ਗਿਆ 10 15 ਦਿਨ ਰੱਖ ਕੇ ਉਹਦਾ ਵਧੀਆ ਬਿਲਕੁਲ ਬਣਾ ਕੇ ਹੱਥ ਜੋੜ ਦਿੰਦੇ ਆ ਬਾਅਦ ਚ ਦਵਾਈ ਲਿਖ ਦਿੰਦੇ ਵੀ ਘਰੋਂ ਦੇ ਦੋ ਜੀ ਗੁਇਲ ਸਾਹਿਬ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਜਿਹੜੇ ਪਰਿਵਾਰ ਦੇ ਵਿੱਚ ਕਿਸੇ ਜੀ ਨੂੰ ਨਸ਼ਾ ਛਡਾਉਣ ਲਈ ਨਸ਼ਾ ਛਡਾਊ ਕੇਂਦਰਾਂ ਚ ਵੀ ਭੇਜ ਦਿੰਦੇ ਆ ਕਿਤੇ ਨਾ ਕਿਤੇ ਹਸਪਤਾਲਾਂ ਚ ਦਾਖਲ ਵੀ ਕਰਾਉਣਾ ਪੈਂਦਾ ਮੁਸੀਬਤ ਫਿਰ ਉੱਥੇ ਦੀ ਉੱਥੇ ਰਹਿ ਜਾਂਦੀ ਹੈ ਖਾਸ ਕਰਕੇ ਘਰ ਦੇ ਵਿੱਚ ਬੀਬੀਆਂ ਪਰੇਸ਼ਾਨ ਹੋ ਜਾਂਦੀਆਂ ਕਿ ਸਾਡਾ ਜੀ ਨਸ਼ਾ ਛੱਡਣਾ ਚਾਹੁੰਦਾ ਤੇ ਫਿਰ ਛੱਡ ਕਿਉਂ ਨਹੀਂ ਪਾ ਰਿਹਾ ਮੈਂ ਉਸੇ ਗਲਤੀ ਆ ਰਹੇ ਤੁਹਾਡੇ ਉਹਨੂੰ ਰਾਹ ਹੀ ਨਹੀਂ ਮਿਲਦਾ ਜਿੱਥੇ ਮਰਜ਼ੀ ਚੱਲੇ ਜਾਓ ਉਹਨੂੰ ਰਸਤਾ ਹੀ ਨਹੀਂ ਮਿਲਦਾ ਉਹ ਜਦੋਂ 15 ਦਿਨ 20 ਦਿਨ ਮਹੀਨਾ 6 ਮਹੀਨੇ ਉਹ ਦਵਾਈਆਂ ਦੁਵਾਈਆਂ ਲੈ ਕੇ ਹੰਬ ਜਾਂਦੇ ਆ ਵੀ ਹੁਣ ਉਹ ਦਵਾਈ ਨਹੀਂ ਛੱਡਦੀ ਫਿਰ ਉਹ ਫਿਰ ਆਉਂਦੇ ਆ ਵੀ ਵਰਦਾਨਾ ਜਨਰਵਦੀ ਕੋਲੇ ਚੱਲਦੇ ਆ ਫਿਰ ਉਹਨਾਂ ਦਾ ਜਿਹੜਾ ਸਾਡੇ ਉੱਤੇ ਸ਼ੱਕ ਕਰਨਾ ਉਹ ਵੀ ਜਾਇਜ਼ ਆ ਕਿਉਂਕਿ ਉਹ ਸਾਡੇ ਤੇ ਵੀ ਉਸ ਤੋਂ ਵੱਧ ਸ਼ੱਕ ਕਰਦੇ ਆ ਤੁਹਾਨੂੰ ਕੀ ਸਵਾਲ ਕਰਦੇ ਆ ਜਦੋਂ ਕੋਈ ਦਵਾਈ ਲੈਣਾ ਚਾਹੁੰਦਾ ਹੈ ਤੁਹਾਡੇ ਤੋਂ ਜਾਂ ਨਸ਼ਾ ਛੱਡਣਾ ਚਾਹੁੰਦਾ ਹੈ ਦੇਖੋ ਪਹਿਲਾਂ ਤਾਂ ਬਹੁਤ ਸਵਾਲ ਕਰਦੇ ਸੀ ਲੋਕ ਪਰ ਹੁਣ ਮੈਂ ਪੜ੍ਹਾਈ ਇੰਨੇ ਦਿੱਤੇ ਹੁਣ ਮੈਨੂੰ ਸਵਾਲ ਕਰਨੋਂ ਹਟ ਗਏ ਹੋ ਰੀਜ਼ਨ ਕੀ ਰਿਹਾ ਸਵਾਲ ਕਰਨੋਂ ਕਿਉਂ ਹਟ ਗਏ ਉਹਨਾਂ ਨੂੰ ਪੜਾਉਣਾ ਪਿਆ ਗੱਲ ਗੱਲ ਤੇ ਬਾਰ ਬਾਰ ਮੇਰਾ ਖਿਆਲ ਆਹੀ ਗੱਲ ਮੈਂ ਕਈ ਲੱਖ ਵਾਰ ਕਹਿੰਦੀ ਹੋਗੀ ਵੀ ਬਿਨਾ ਤੋੜ ਬਿਨਾ ਤਕਲੀਫ ਬਿਨਾ ਕੰਮ ਛੱਡੇ ਘਰ ਬੈਠੇ ਬਿਠਾਏ ਤੁਸੀਂ ਨਸ਼ਾ ਛੱਡੋ ਪਹਿਲੇ ਦਿਨ ਤੋਂ ਨਸ਼ਾ ਬੰਦ ਹੋ ਜਾਂਦਾ ਔਰ 40 ਜਾਂ 45 ਦਿਨ ਚ ਆਪਣੀ ਦਵਾਈ ਬੰਦ ਹੋ ਜਾਂਦੀ ਹੈ ਕਿਸੇ ਨੂੰ ਵੀ ਅੱਜ ਤੱਕ ਇਸ ਦਵਾਈ ਤੇ ਨਹੀਂ ਲਾਇਆ ਗਿਆ ਨਾ ਹੀ ਕੋਈ ਲੱਗਿਆ ਨਾ ਸਾਡੀ ਦਵਾਈ ਚ ਕੋਈ ਨਸ਼ਾ ਹੈ ਇਹ ਸਿਰਫ ਨਸ਼ੇ ਦਾ ਐਂਟੀ ਡੋਟ ਹੈ گورਨਰਲ ਸੁਣੋ ਅਗਰ ਦੁਨੀਆ ਦੇ ਵਿੱਚ ਬਾਬਾ ਨਾਨਕ ਨੇ ਕਦੇ ਕੋਈ ਕਿਰਪਾ ਕਿਸੇ ਤੇ ਕੀਤੀ ਹੋਊਗੀ ਨਾ ਤਾਂ ਉਹ ਇਸ ਵਰਦਾਨ ਆਯੁਰਵੈਦਿਕ ਤੇ ਜ਼ਰੂਰ ਕੀਤੀ ਹੈ ਦਵਾਈਆਂ ਦੁਨੀਆ ਹੀ ਦਿੰਦੀ ਹੈ ਨਸ਼ੇ ਛਡਾਉਣ ਦੇ ਕੰਮ ਦੁਨੀਆ ਹੀ ਕਰਦੀ ਹੈ ਪਰ ਮੈਂ ਤੁਹਾਨੂੰ ਇਹ ਦੱਸ ਦਿੰਨਾ ਦਵਾਈ ਜਿਹੜੀ ਅਸੀਂ ਦੇ ਰਹੇ ਹਾਂ ਨਾ ਜੀ ਬਣਾ ਬਣਾ ਕੇ ਲੋਕਾਂ ਨੂੰ ਉਸ ਦਵਾਈ ਦੇ ਵਿੱਚ ਜੜੀਆਂ ਬੂਟੀਆਂ ਉਹੀ ਨੇ ਜਿਹੜੀ ਦੁਨੀਆ ਵਰਤਦੀ ਹੈ ਪਰ ਇਹ ਚ ਕੋਈ ਨਾ ਕੋਈ ਗੁਰੂ ਦੀ ਗੁਰੂ ਦੀ ਮਿਹਰ ਹੈਗੀ ਆ ਗੁਰੂ ਦਾ ਆਸ਼ੀਰਵਾਦ ਹੈਗਾ ਕਿ ਇਹ ਦਵਾਈ ਪਹਿਲੇ ਦਿਨ ਤੋਂ ਕੰਮ ਕਰਦੀ ਹੈ ਔਰ ਅਸੀਂ ਵੀ ਪੂਰੇ ਕੌਨਫੀਡੈਂਸ ਨਾਲ ਇਹ ਗੱਲ ਕਹਿ ਦਿੰਨੇ ਆ ਕਿ ਜਿਹੜੀ ਤੁਸੀਂ ਦਵਾਈ ਲਓਗੇ ਪਹਿਲੇ ਦਿਨ ਤੋਂ ਨਸ਼ਾ ਬੰਦ ਔਰ 40-50 ਦਿਨ ਦੇ ਵਿੱਚ ਵਿੱਚ ਦਵਾਈ ਬੰਦ ਇਹ ਇੱਕ ਬਹੁਤ ਵੱਡੀ ਗੱਲ ਆ ਔਰ ਮੈਂ ਤੁਹਾਨੂੰ ਇਹੀ ਬਸ ਦੱਸਣਾ ਚਾਹੁੰਦਾ ਸੀਗਾ ਜੇ ਵੀ ਤੁਹਾਡਾ ਸਵਾਲ ਹੈ ਕਿ ਜਿਹੜੇ ਲੋਕੀ ਨਸ਼ੇ ਕਰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਸੰਭਲਣਾ ਪਊਗਾ ਸਾਰਾ ਦਿਨ ਹੀ ਨਹੀਂ ਹੈ ਵੀ ਤੂੰ ਸਾਨੂੰ ਕਿਉਂ ਜੰਪਿਆ ਸਾਡੇ ਘਰੇ ਤੂੰ ਸਾਡੀ ਨੱਕ ਵਢਾਤੀ ਤੂੰ ਸਾਨੂੰ ਰਿਸ਼ਤੇਦਾਰਾਂ ਦੇ ਵਿੱਚ ਰਹਿਣ ਜੋਗਾ ਨਹੀਂ ਛੱਡਿਆ ਮਹੱਲੇ ਦੇ ਵਿੱਚ ਰਹਿਣ ਜੋਗਾ ਨਹੀਂ ਛੱਡਿਆ ਇਹ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਨਸ਼ਾ ਕਰਦਾ ਉਹਨੂੰ ਤਾਂ ਨਸ਼ੇ ਤੱਕ ਮਤਲਬ ਹੈ ਉਹਨੂੰ ਹੋਰ ਕਿਸੇ ਗੱਲ ਤੱਕ ਮਤਲਬ ਨਹੀਂ ਆਪਾਂ ਇਹ ਸਮਝੋ ਵੀ ਉਹ ਬਿਮਾਰ ਹੋ ਗਿਆ ਉਹਨੂੰ ਤਾਨਨੇ ਮਾਰਨ ਦੀ ਲੋੜ ਨਹੀਂ ਉਹਨੂੰ ਟੌਰਚਰ ਨਾ ਕਰੋ ਉਹਨੂੰ ਆਪਾਂ ਕਿਵੇਂ ਬਚਾਉਣਾ ਪਿਆਰ ਨਾਲ ਵਗਦੇ ਦਰਿਆ ਦੇ ਨਾਲ ਵਗੀਦਾ ਉਹਦੇ ਮੂਰੇ ਨਹੀਂ ਖੜੀਦਾ ਉਹ ਤੇ ਨਾਲ ਹੀ ਲੈ ਜਾਂਦਾ ਰੋੜ ਕੇ ਇਸ ਕਰਕੇ ਆਪਣੇ ਬੱਚੇ ਅਗਰ ਨਸ਼ਾ ਕਰਦੇ ਆ ਬਜ਼ੁਰਗ ਅਗਰ ਨਸ਼ਾ ਕਰਦੇ ਆ ਕਿਸੇ ਦੀ ਧੀ ਭੈਣ ਕਿਸੇ ਦੀ ਨੂੰਹ ਕਿਸੇ ਦੀ ਨੂੰਹ ਧੀ ਨਸ਼ਾ ਕਰਦੀ ਆ ਅਗਰ ਆਪਾਂ ਉਹਨੂੰ ਬਚਾਉਣਾ ਆਪਣੇ ਪਰਿਵਾਰ ਨੂੰ ਬਚਾਉਣਾ ਤਾਂ ਆਪਾਂ ਨੂੰ ਮੈਡੀਕਲ ਹੈਲਪ ਦੀ ਲੋੜ ਹੈ ਪਰ ਉਹ ਤੁਸੀਂ ਦੇਖਣਾ ਕਿੱਥੇ ਜਾਣਾ ਮੈਂ ਵੀ ਇਕੱਲਾ ਕੀ ਕਰ ਸਕਦਾ ਇੱਕ ਨਾਰ ਸੋ ਬੁਮਾਰ ਮੈਂ ਕਿੰਨੇ ਲੋਕਾਂ ਨੂੰ ਦਵਾਈ ਪ੍ਰੋਵਾਈਡ ਕਰ ਦੂੰਗਾ ਤੁਸੀਂ ਆਗੇ ਕਦੇ ਆਫਿਸ ਚ ਦੇਖੋ ਇੱਕ ਦਿਨ ਚ 20 25 ਤੋਂ ਵੱਧ ਅਸੀਂ ਦਵਾਈ ਨਹੀਂ ਦੇ ਪਾਉਂਦੇ 50 60 ਤੋਂ ਵੱਧ ਅਸੀਂ ਕੋਰੀਅਰ ਨਹੀਂ ਦੇ ਪਾਉਂਦੇ ਕਿੰਨੀ ਕੁ ਦਵਾਈ ਅਸੀਂ ਬਣਾ ਲਾਂਗੇ ਤੇ ਕਿੰਨੀ ਕੁ ਦੇ ਲਾਂਗੇ ਔਰ ਇੱਕ ਇਸ ਦਵਾਈ ਦੀ ਚ ਹੋਰ ਖਾਸੀਅਤ ਹੈਗੀ ਆ ਹੁਣ ਆਉਣ ਵਾਲੇ ਸਮੇਂ 'ਚ ਧਿਆਨ ਰੱਖਿਓ ਬਹੁਤ ਛੇਤੀ ਮੈਂ ਇਹ ਦਵਾਈ ਨੂੰ ਮਾਰਕੀਟ 'ਚ ਦੇਣ ਦੀ ਕੋਸ਼ਿਸ਼ ਕਰ ਰਿਹਾ ਕਿ ਹਰ ਸ਼ਹਿਰ ਦੇ ਵਿੱਚ ਇੱਕ ਇੱਕ ਆਊਟਲੈਟ ਖੁੱਲ ਜੇ ਤਾਂ ਕਿ ਉੱਥੇ ਜਾਓ ਤੁਸੀਂ ਆਪਣੀ ਦਵਾਈ ਲੈ ਲਓ ਇਹ ਦਵਾਈ ਨੂੰ ਅਸੀਂ ਗਵਰਨਮੈਂਟ ਤੋਂ ਰਜਿਸਟਰਡ ਕਰਾਇਆ ਬਕਾਇਦਾ ਔਰ ਇਹਨੂੰ ਜੀਐਮਪੀ ਸਰਟੀਫਾਈਡ ਵੀ ਕਰਵਾਇਆ ਤਾਂ ਕਿ ਤੁਹਾਡਾ ਜਿਹੜਾ ਵਿਸ਼ਵਾਸ ਹੈ ਤੁਹਾਡਾ ਭਰੋਸਾ ਉਹ ਬਣਿਆ ਰਹੇ ਔਰ ਅਸੀਂ ਅਗਰ ਦੁਨੀਆ 'ਚ ਰਹੀਏ ਜਾਂ ਨਾ ਰਹੀਏ ਇਹ ਫਾਰਮੂਲਾ ਤੁਹਾਡੇ ਕੋਲੇ ਹਮੇਸ਼ਾ ਰਹੇ ਕਿਉਂਕਿ ਨਸ਼ਾ ਔਰ ਕੋਈ ਵੀ ਅਧਨੀਆ ਚੀਜ਼ਾਂ ਨੇ ਇਹ ਚਲਦੀਆਂ ਰਹਿਣਗੀਆਂ ਜ਼ਿੰਦਗੀ ਦੇ ਵਿੱਚ ਪਰ ਜੇ ਕਿਸੇ ਦਾ ਤੁਹਾਡਾ ਧੀ ਪੁੱਤ ਨਸ਼ੇ 'ਚ ਫਸਿਆ ਹੋਇਆ ਉਹਨੂੰ ਚੜਾਉਣਾ ਚਾਹੁੰਦੇ ਹੋ ਤਾਂ ਇਹ ਜਿਹੜੀ ਵਰਦਾਨ ਆਯੁਰਵੈਦਿਕ ਵੱਲੋਂ ਬਣਾਈ ਗਈ ਹੈ ਵੈਦਵਾਨ ਨਰਵੋਪਲਸ ਡੀ ਦੇ ਨਾਮ ਤੇ ਮੈਡੀਸਿਨ ਇਹ ਤੁਸੀਂ ਜ਼ਰੂਰ ਦੇ ਸਕਦੇ ਹੋ ਆਪਣੇ ਪੇਸ਼ੈਂਟ ਨੂੰ ਪਹਿਲਾਂ 4 ਦਿਨ ਦਿਓ 4 ਇੰਚ ਦੇਖੋ ਤੁਸੀਂ ਰਿਜ਼ਲਟ ਮੇਰਾ ਸਵਾਲ ਵੀ ਇਹੀ ਹੈ ਕਿ ਜਿਹੜੀ ਇਹ ਦਵਾਈ ਤੁਹਾਡੇ ਹੱਥ ਵਿੱਚ ਹੈ ਇਹ ਜੇਕਰ ਨਸ਼ਾ ਛਡਾਉਣ ਦੇ ਕਾਬਿਲ ਹੈ ਤਾਂ ਫਿਰ ਇਸ ਦੀ ਵਰਤੋਂ ਕਿਵੇਂ ਆ ਇਸ ਦਾ ਕੋਈ ਸਾਈਡ ਇਫੈਕਟ ਇਹ ਸਾਰੀਆਂ ਗੱਲਾਂ ਦੇ ਸ਼ੰਕੇ ਹੁੰਦੇ ਆ ਮਨ ਵਿੱਚ ਇਹ ਕਿਵੇਂ ਦੂਰ ਕੀਤੇ ਜਾਣ ਇਹ ਜਿਹੜੀ ਦਵਾਈ ਹੈ ਨਾ ਜੀ ਇਹ ਦਵਾਈ ਨਹੀਂ ਹੈ ਇਹ ਗਿੱਦੜ ਸਿੰਘ ਹੀ ਹੈ ਇਹਨੂੰ ਮੈਂ ਇਹ ਕਹਿੰਦਾ ਹੁੰਦਾ ਵੀ ਅੱਲਾਦੀਨ ਦਾ ਚਰਾਗ ਹੈ ਜਿਹਦੇ ਘਰ ਚੋਂ ਚਲਾ ਗਿਆ ਅਗਰ ਕੋਈ ਬੰਦਾ ਨਸ਼ਾ ਕਰਦਾ ਯਕੀਨ ਕਰੋ ਜੀ ਤੁਸੀਂ ਪਹਿਲੀ ਖੁਰਾਕ ਦੱਸ ਦਿੰਦੀ ਆ ਫਸਟ ਜਿਹੜੀ ਖੁਰਾਕ ਆ ਜਿਵੇਂ ਮੰਨ ਲਓ ਬੰਦੇ ਨੂੰ ਸਵੇਰੇ ਉੱਠਦਾ ਤੋੜ ਲੱਗੀ ਹੁੰਦੀ ਆ ਪੂਰੀ ਕਿ ਨਾ ਉਹ ਪਹਿਲੇ ਨਸ਼ਾ ਕਰਦਾ ਬਰਸ਼ ਕਰੇ ਨਾ ਕਰੇ ਉਹ ਪਹਿਲਾਂ ਨਸ਼ਾ ਕਰੂਗਾ ਤੁਸੀਂ ਉਸ ਤੋਂ ਪਹਿਲਾਂ ਇਹ ਕੈਪਸੂਲ ਦੇ ਦੋ ਨੂੰ ਜਿੰਨੀ ਮੈਂ ਡੋਜ਼ ਸੈੱਟ ਕਰਕੇ ਦਿੰਨਾ ਸ਼ੁਰੂ ਕਰ ਦੋ ਜਦੋਂ ਉਹਨੇ ਇਹ ਕੈਪਸੂਲ ਖਾ ਲੈਣਾ ਜੀ ਵੱਧ ਤੋਂ ਵੱਧ ਉਹ 25 ਜਾਂ 30 ਮਿੰਟ ਲੱਗਣਗੇ ਉਹਨੂੰ ਨਸ਼ਾ ਪੰਜ 7 ਮਿੰਟ ਚ ਅਸਰ ਕਰ ਦਿੰਦਾ ਇਹ ਦਵਾਈ 25 30 ਮਿੰਟ ਚ ਬੋਡੀ ਨੂੰ ਐਸਾ ਬਣਾ ਦਿੰਦੀ ਹੈ ਉਹ ਭੁੱਲ ਜਾਂਦਾ ਵੀ ਅੱਜ ਮੈਂ ਨਸ਼ਾ ਕਰਿਆ ਕਿ ਨਹੀਂ ਕਰਿਆ ਕੋਈ ਸਰੀਰ ਸੱਟ ਹੋ ਗਿਆ ਭੁੱਖ ਵਧੀਆ ਲੱਗੀ ਰੋਟੀ ਚੰਗੀ ਖਾ ਲਈ ਕਰਦੇ ਨਾਲ ਗੱਲਬਾਤ ਵਧੀਆ ਕਰ ਰਿਹਾ ਪਹਿਲੀ ਡੋਜ਼ ਤੋਂ ਮੈਨੂੰ ਨਹੀਂ ਲੱਗਦਾ ਕੋਈ ਇਹ ਗੱਲ ਕਹਿ ਸਕਦਾ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਔਰ ਮੈਂ ਕੋਈ ਦਿਲ ਮਨੋਨੀ ਕਹਿ ਰਿਹਾ ਇਹ ਇਹ ਪ੍ਰੈਕਟੀਕਲ ਦੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਅਗਰ ਕੋਈ ਤੁਹਾਡੇ ਘਰ ਚ ਬੱਚਾ ਨਸ਼ਾ ਕਰਦਾ ਵੱਡਾ ਨਸ਼ਾ ਕਰਦਾ ਕੋਈ ਵੀ ਆ ਉਹ ਤੁਹਾਨੂੰ ਇਹ ਕਹਿ ਰਿਹਾ ਨਾ ਵੀ ਮੈਂ ਨਸ਼ਾ ਨਹੀਂ ਛੱਡੂਗਾ ਪਰਿਵਾਰ ਨੂੰ ਛੱਡ ਦੂੰਗਾ ਤੁਹਾਨੂੰ ਛੱਡ ਦੂੰਗਾ ਮਰ ਜੂੰਗਾ ਮਾਰ ਦੂੰਗਾ ਨਸ਼ਾ ਨਹੀਂ ਛੱਡਦਾ ਮੈਨੂੰ ਇਹ ਨਹੀਂ ਕਹਿਣਾ ਉਸ ਪੇਸ਼ੈਂਟ ਦੀ ਸਿਰਫ ਮੇਰੇ ਨਾਲ 15 ਮਿੰਟ ਦੀ ਮੀਟਿੰਗ ਦੀ ਲੋੜ ਆ ਸਿਰਫ 15 ਮਿੰਟ ਦੀ ਲੈ ਕੇ ਉਦੋਂ ਆਇਓ ਇਹ ਗੱਲ ਗੌਰ ਨਾਲ ਸੁਣ ਲਓ ਮੇਰੇ ਕੋਲ ਲੈ ਕੇ ਉਦੋਂ ਆਣਾ ਜਦੋਂ ਨੂੰ ਤੋੜ ਲੱਗੀ ਹੋਵੇ ਪੂਰੀ ਜਦੋਂ ਕਹੇ ਵੀ ਮੈਂ ਨਸ਼ਾ ਦਿਓ ਉਸ ਟਾਈਮ ਲੈ ਕੇ ਆਉਣਾ ਆਪਾਂ ਦਵਾਈ ਦਵਾਂਗੇ ਤੁਹਾਡੇ ਮੂਹਰੇ ਦਵਾਂਗੇ ਤੁਹਾਡੇ ਅੱਗੇ ਬਿਠਾ ਕੇ ਦਵਾਂਗੇ ਔਰ ਤੁਸੀਂ ਦੇਖਿਓ 15-20 ਮਿੰਟ ਤੋਂ ਬਾਅਦ ਉਹ ਬੰਦਾ ਕਹੇਗਾ ਯਾਰ ਬਹੁਤ ਵਧੀਆ ਚੀਜ਼ ਆ ਮੈਨੂੰ ਮੈਨੂੰ ਬਹੁਤ ਸਕੂਨ ਮਿਲ ਰਿਹਾ ਬਹੁਤ ਆਰਾਮ ਮਿਲ ਰਿਹਾ ਇਹ ਦਵਾਈ ਮੈਨੂੰ ਦਵਾ ਦਿਓ ਮੈਂ ਤੁਹਾਡੇ ਕੈਮਰੇ ਤੇ ਸ਼ੋਅ ਕਰਦਾ ਐ ਇਹ ਦਵਾਈ ਤੁਸੀਂ ਇਹਨੂੰ ਥੋੜਾ ਜਿਹਾ ਨੇੜੇਉ ਕਰਕੇ ਦਿਖਾਓ ਤਾਂ ਕਿ ਇਹਦਾ ਨੋਅ ਪੜ ਲਿਆ ਇਨਸਾਨ ਤੇ ਇੱਕ ਇਹਦੇ ਵਿੱਚ ਇਹਦਾ ਫਾਰਮੂਲਾ ਬਹੁਤ ਵੱਡੀ ਗੱਲ ਆ ਜਿੰਨੇ ਵੈਦ ਹੋਏ ਨੇ ਅੱਜ ਤੱਕ ਜਿੰਨੇ ਵੀ ਆਯੁਰਵੇਦ ਦੇ ਸਿਸਟਮ ਚਾਏ ਨੇ ਉਹ ਆਪਦਾ ਫਾਰਮੂਲਾ ਹੀ ਦੱਸਣ ਨੂੰ ਤਿਆਰ ਨਹੀਂ ਹੁੰਦੇ ਉਹ ਫਾਰਮੂਲਾ ਹੀ ਛਵਾਈ ਜਾਂਦੇ ਆ ਵੀ ਜੇ ਮੈਂ ਫਾਰਮੂਲਾ ਦੱਸਤਾ ਮੈਨੂੰ ਕਿਹਨੇ ਪੁੱਛਣਾ ਮੈਂ ਜਿੰਨੇ ਲੋਕਾਂ ਨੂੰ ਫਾਰਮੂਲਾ ਦੱਸਿਆ ਮੇਰੀ ਬੁੱਕਤ ਉਹਦੇ ਵੱਧ ਗਈ ਆ ਕਿਉਂ ਕਿਉਂਕਿ ਉਹ ਫਾਰਮੂਲਾ ਲੋਕੀ ਘਰੇ ਬਣਾਉਂਦੇ ਆ ਲੋਕਾਂ ਨੂੰ ਦਿੰਦੇ ਆ ਦੋ ਚਾਰ ਵਾਰੀ ਤਾਂ ਬਣਾ ਲੈਂਦੇ ਆ ਉਦੋਂ ਬਾਅਦ ਨਹੀਂ ਬਣਦਾ ਫੇਰ ਕਹਿੰਦੇ ਨੇ ਗੋਇਲ ਸਾਹਿਬ ਤੁਸੀਂ ਬਣਾਉਨੇ ਹੋ ਤੁਸੀਂ ਉਹ ਦੇ ਦਿਓ ਤਾਂ ਮੈਂ ਦੇ ਵੀ ਦੰਨਾ ਪਰ ਜੇ ਇੰਨਾ ਬਣੇ ਤਾਂ ਨਾ ਸਾਡੀ ਕਪੈਸਿਟੀ ਵੀ ਤਾਂ ਇੱਕ ਹੁੰਦੀ ਹੈ ਨਾ ਹਰ ਬੰਦੇ ਦੀ ਔਰ ਹਲੇ ਅਸੀਂ ਉਹ ਮਤਲਬ ਵੱਡੀਆਂ ਵੱਡੀਆਂ ਫੈਕਟਰੀਆਂ ਨਹੀਂ ਲਾਈਆਂ ਨਾ ਸੀ ਸ਼ਾਇਦ ਲਾਈਏ ਜ਼ਿੰਦਗੀ ਚ ਕਿਉਂਕਿ ਜਦੋਂ ਗੇਟ ਵੱਡਾ ਹੋ ਜਾਂਦਾ ਨਾ ਫਿਰ ਯਾਰੀਆਂ ਹਾਥੀਆਂ ਨਾਲ ਪੈਂਦੀਆਂ ਨੇ ਉਹ ਅਸੀਂ ਨਹੀਂ ਪਾਉਣੀਆਂ ਸਾਡਾ ਮਤਲਬ ਤਾਂ ਹੈਗਾ ਵੀ ਆਪਣੇ ਪੰਜਾਬ ਨੂੰ ਅਸੀਂ ਦੁਬਾਰਾ سونے ਦਾ ਸ਼ੇਰ ਬਣਾ ਕੇ ਖੜਾ ਕਰਨਾ ਹੈ سونے ਦਾ ਸ਼ੇਰ ਤਾਂ ਹੀ ਬਣੂਗਾ ਜੇ ਸਾਡੇ ਨੌਜਵਾਨ ਜਿਹੜੇ ਨੇ ਉਹ ਨਸ਼ੇ ਛੱਡ ਕੇ ਮਜ਼ਬੂਤ ਹੋਣਗੇ ਆਪਣੀ ਖੇਤੀਬਾੜੀ ਕਰਨਗੇ ਆਪਣੇ ਬਿਜ਼ਨਸ ਵਪਾਰ ਕਰਨਗੇ ਆਪਣਾ ਪੈਸਾ ਕਮਾਉਣਗੇ ਸਿਹਤ ਬਣਾਉਣਗੇ ਔਰ ਫਿਰ ਦੇਖਿਓ ਪੰਜਾਬ ਵੱਲ ਨੂੰ ਕੋਈ ਝਾਕ ਜੇ ਜੇ ਕਦੇ ਵੀ ਹੈਨਾ ਔਰ ਪੰਜਾਬ ਸੋਨੇ ਦਾ ਸ਼ੇਰ ਬਣਨਾ ਹੀ ਉਹ ਦੋਵੇਂ ਮਿੱਤਰੋ ਜਦੋਂ ਤੱਕ ਤੁਸੀਂ ਨਾਹਰਾ ਨਹੀਂ ਨਾ ਲਾਉਂਦੇ ਆਪਦੇ ਮੋਟਰਸਾਈਕਲਾਂ ਤੇ ਲਿਖ ਲਿਖ ਕੇ ਨਹੀਂ ਲਾਉਂਦੇ ਗੱਡੀਆਂ ਦੇ ਪਿੱਛੇ ਲਿਖ ਲਿਖ ਕੇ ਨਹੀਂ ਲਾਉਂਦੇ ਨਾ ਜਿਵੇਂ ਆਪਾਂ ਭਗਤ ਸਿੰਘ ਦੀ ਫੋਟੋ ਲਾਉਂਦੇ ਆ ਉਹਦੇ ਥੱਲੇ ਲਿਖ ਲੈਂਦੇ ਆ ਲੱਗਦਾ ਫੇਰ ਮੁੜ ਕੇ ਆਉਣਾ ਪਊ ਉਹਦੇ ਥੱਲੇ ਆ ਹੀ ਲਿਖ ਲੋ ਮੁੜ ਸੋ ਇਹਦਾ ਸ਼ੇਰ ਬਣਾਵਾਂਗੇ ਪੰਜਾਬ ਨੂੰ ਤਾਂ ਗੱਲ ਬਵਾਦ ਕਿਤੇ ਹੋਰ ਹੀ ਚਲੀ ਜਾਣੀ ਆ ਔਰ ਜਿਹੜੇ ਮੁੰਡੇ ਨਸ਼ੇ ਕਰਦੇ ਨੇ ਔਰ ਜਿਹੜੇ ਲੋਕੀ ਨਸ਼ੇ ਕਰਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਛੱਡ ਦਿਓ ਮਿੱਤਰੋ ਛੱਡਣ ਦਾ ਟਾਈਮ ਆ ਗਿਆ ਹੈ ਹਰ ਵਕਤ ਅਸੀਂ ਵੀ ਨਹੀਂ ਰਹਿਣਾ ਦੁਨੀਆ 'ਚ ਹਰ ਵਕਤ ਤੁਸੀਂ ਵੀ ਨਹੀਂ ਰਹਿਣਾ ਦੁਨੀਆ 'ਚ ਪਰ ਪੰਜਾਬ ਤਾਂ ਜਦੋਂ ਦੀ ਦੁਨੀਆ ਸਿਰਜੀ ਆ ਜਦੋਂ ਦਾ ਹੈਗਾ ਔਰ ਜਦੋਂ ਤੱਕ ਦੁਨੀਆ ਰਹੂਗੀ ਜਦੋਂ ਤੱਕ ਰਹੂਗਾ ਸਾਡੇ ਬੱਚੇ ਉਹਦੇ 'ਚ ਰਹਿਣੇ ਆ ਉਹਨਾਂ ਲਈ ਕੁਛ ਤੇ ਚੰਗਾ ਆਪਾਂ ਕਰ ਲਈਏ ਹੁਣ ਸਾਡੇ ਕੋਲੇ ਮੌਕਾ ਬਹੁਤ ਵਧੀਆ ਮੌਕਾ ਪੂਰਾ ਪੰਜਾਬ ਸਾਡਾ ਜਿਹੜਾ ਹੈਗਾ ਇੱਕ ਮੁੱਠਾ ਇੱਕ ਜੁੱਟਾ ਅਸੀਂ ਦੇਖ ਲਿਆ ਅਸੇ ਇਹ ਦੇਖ ਲਿਆ ਵੀ ਸਾਡਾ ਪੰਜਾਬ ਇੱਕ ਜੁੱਟਾ ਇਸ ਟਾਈਮ ਔਰ ਸਾਰੇ ਜਣੇ ਹੁਣ ਇੱਕ ਜੁੱਟ ਹੋ ਕੇ ਜਿਵੇਂ ਆਪਾਂ ਨੇ ਕਿਸਾਨ ਦੇ ਬਿੱਲ ਵਾਪਸ ਲੈ ਲੈਣਾ ਉਵੇਂ ਨਸ਼ਿਆਂ ਦੀ ਜਿਹੜੀ ਦਲਦਲ ਹੈ ਉਹਨੂੰ ਵੀ ਖਤਮ ਕਰ ਸਕਦੇ ਆਪਾਂ ਮੇਰੇ ਨਾਲ ਲੱਗੋ ਆਪਣੇ ਕੋਲ ਇਹ ਬਹੁਤ ਗੁੱਡ ਚੀਜ਼ ਆ ਠੀਕ ਹੈ ਅੱਜ ਦੀ ਡੇਟ 'ਚ ਹੋ ਸਕਦਾ ਹੈ ਅੱਜ ਤੋਂ ਜੇ ਤੁਸੀਂ 2 ਸਾਲ ਪਹਿਲਾਂ ਮੇਰੇ ਨਾਲ ਗੱਲ ਕਰਦੇ ਤਾਂ ਮੇਰੇ ਦਿਮਾਗ 'ਚ ਪੈਸੇ ਤੋਂ ਬਿਨਾਂ ਗੱਲ ਨਹੀਂ ਸੀਗੀ ਬਾਣੀਆਂ ਦੇ ਘਰੇ ਜੰਮਿਆ ਬਾਣੀਆਂ ਵਪਾਰ ਜਾਣਦਾ ਹੁੰਦਾ ਪਰ ਜਦੋਂ ਦਾ ਮੈਂ 2-3 ਸਾਲਾਂ ਤੋਂ ਬਹੁਤ ਜ਼ਿਆਦਾ ਇਹਦੇ ਵਿੱਚ ਡੀਪ ਕੰਮ ਕੀਤਾ ਉਦੋਂ ਜਾ ਕੇ ਇੱਕ ਜੂ ਟਰਨ ਆ ਗਈ 55 ਸਾਲ ਤੋਂ ਬਾਅਦ ਇੱਕ ਜੂ ਟਰਨ ਆ ਜਾਂਦੀ ਹੈ ਬੰਦੇ ਦੀ ਜ਼ਿੰਦਗੀ 'ਚ ਉਹ ਵੀ ਆ ਚੁੱਕੀ ਹੈ ਵੀ ਹੁਣ ਉਹ ਪੈਸੇ ਵੱਲ ਧਿਆਨ ਘਟ ਗਿਆ ਹੁਣ ਧਿਆਨ ਉਧਰ ਵਧ ਗਿਆ ਵੀ ਕਿਸੇ ਦਾ ਧੀ ਪੁੱਤ ਨਸ਼ਾ ਛੱਡੇ ਉਹਦਾ ਪਰਿਵਾਰ ਸਾਨੂੰ ਦਵਾਵਾਂ ਦੇਵੇ ਅਸੀਸਾਂ ਦੇਵੇ ਮੇਰੇ ਮੇਰੇ ਨਾਲ ਬੈਠੇ ਉੱਠੇ ਤੇ ਜੇ ਜਦੋਂ ਅਸੀਂ ਕਿਸੇ ਦਾ ਪਰਿਵਾਰ ਹੀ ਘਟ ਲਿਆ ਫਿਰ ਪੈਸਾ ਵੀ ਦਾ ਸਾਡਾ ਹੀ ਹੋ ਗਿਆ ਤੁਹਾਡੇ ਪਰਿਵਾਰ ਦਾ ਸਾਰਾ ਅਸੀਂ ਲੰਗੇ ਤੁਹਾਡੇ ਕੋਲ ਇੱਕ ਸਵਾਲ ਹੈ ਕਿ ਜਿਵੇਂ ਤੁਸੀਂ ਦਾਵਾ ਕੀਤਾ ਕਿ ਇੱਕ ਵਾਰੀ ਸੰਪਰਕ ਕਰੋ ਤੇ ਉਸ ਤੋਂ ਬਾਅਦਾਰੇ ਨਿਆਰੇ ਹੋ ਜਾਣਗੇ ਨਸ਼ਾ ਛੱਡ ਦੇਣਾ ਹੈ ਜ਼ਿੰਦਗੀ ਸੁਖੀ ਦੀ ਸੁਖ ਬਤੀਤ ਕਰੂਗੀ ਪਰ ਸਵਾਲ ਇਹੀ ਹੈ ਕਿ ਤੁਹਾਡੇ ਨਾਲ ਸੰਪਰਕ ਕਰਨ ਔਰ ਕਿੱਥੇ ਕਰਨ ਔਰ ਤੁਹਾਡੇ ਨਾਲ ਤੱਕ ਪਹੁੰਚ ਕਿਵੇਂ ਕਰਨ ਕਿਉਂਕਿ ਹਰ ਕੋਈ ਤਾਂ ਚੰਡੀਗੜ੍ਹ ਵੀ ਨਹੀਂ ਆ ਸਕਦਾ ਕਿ ਘਰ ਬੈਠੇ ਮਿਲ ਸਕਦੀ ਹੈ ਦਵਾਈ ਇਹ ਦਵਾਈ ਬਿਲਕੁਲ ਅਸੀਂ ਘਰਾਂ ਚ ਭੇਜਦੇ ਆ ਸਾਡੇ ਜਿਹੜੇ ਬੰਦੇ ਨੇ ਉਹ ਵੀ ਐਸੇ ਬੰਦੇ ਨੇ ਜੀ ਇੱਕ ਤਾਂ ਸਾਡਾ ਗੁਰਦੁਆਰਾ ਸਾਹਿਬ ਤੋਂ ਪ੍ਰੈਜ਼ੀਡੈਂਟ ਹੈ ਮੁੰਡਾ ਉਹ ਗੁਰਦੁਆਰੇ ਸੇਵਾ ਕਰਦਾ ਸੀਗਾ ਉਹਨੇ ਦੋ ਤਿੰਨ ਮੁੰਡਿਆਂ ਦਾ ਨਸ਼ਾ ਛਡਵਾਇਆ ਉਹਨੇ ਦੇਖਿਆ ਤਾਂ ਦਵਾਈ ਬਹੁਤ ਕਮਾਲ ਦੀ ਹੈ ਉਸ ਤੋਂ ਬਾਅਦ ਕੀ ਹੋਇਆ ਕਿ ਉਹਨੇ ਆਪ ਜਾ ਜਾ ਕੇ ਲੋਕਾਂ ਦੇ ਘਰਾਂ 'ਚ ਮੈਨੂੰ ਕਹਿੰਦਾ ਗੁਲਸਮ ਜੀ ਦਾ ਵੀ ਆਰਡਰ ਆਉਂਦਾ ਮੈਨੂੰ ਦਿਓ ਮੈਂ ਸਮਝਾ ਕੇ ਆਉਂਗਾ ਮੈਂ ਦੇ ਕੇ ਆਉਂਗਾ ਉਹ ਦੇ ਕੇ ਆਉਂਦਾ ਹੋਰ ਵੀ ਸਾਡੇ ਮੁੰਡੇ ਜਾਂਦੇ ਆ ਦੇਣ ਤੇ ਦੂਜਾ ਜਿਹੜਾ ਮੇਰਾ ਫੋਨ ਨੰਬਰ ਆ ਸਕਰੀਨ ਤੇ ਆ ਰਿਹਾ ਲੋਕੋ ਨੂੰ ਨੋਟ ਕਰ ਲੈਣ ਨੋਟ ਕਰਕੇ ਉਹਦੇ ਤੇ ਗੱਲ ਕਰ ਸਕਦੇ ਆ ਤੁਸੀਂ ਜਰੂਰ ਛਾਪ ਦਿਓ ਕਿਉਂਕਿ ਲੋਕ ਪੁੱਛਦੇ ਰਹਿੰਦੇ ਆ ਵੀ ਨੰਬਰ ਦੇ ਦਿਓ ਜੀ ਸਾਡੋ ਵੀ ਨੰਬਰ ਤਾਂ ਹੀ ਚਲਾਉਣਾ ਪੈਂਦਾ ਸਕਰੀਨ ਤੇ ਕਿ ਤੁਹਾਡੇ ਨਾਲ ਸੰਪਰਕ ਕਰਨਾ ਸੌਖਾ ਹੋ ਜ ਤੇ ਦੂਜਾ ਮੈਂ ਇੱਕ ਵੈਬਸਾਈਟ ਲਾਂਚ ਕੀਤੀ ਹੋਈ ਆ www.nashachodo.com ਇੱਕ ਵੈਬਸਾਈਟ ਇਸ ਲਈ ਕੌਂਚ ਕੀਤੀ ਹੈ ਕਿ ਬੰਦਾ ਉੱਤੇ ਜਾਵੇ ਇਹ ਦੇਖੇ ਵੀ ਮੈਂ ਕਿਹੜਾ ਨਸ਼ਾ ਕਰ ਰਿਹਾ ਆ ਯਾਰ ਇਹਦੇ ਕਿੰਨੇ ਨੁਕਸਾਨ ਨੇ ਔਰ ਸਭ ਤੋਂ ਵੱਧ ਜਿਹੜੀ ਕਾਉਂਸਲਿੰਗ ਦੀ ਲੋੜ ਹੁੰਦੀ ਆ ਉਹ ਮੈਂ ਉਹਦੇ 'ਚ ਦੱਸੀ ਗਈ ਹੈ ਕਿ ਪਰਿਵਾਰ ਨੂੰ ਲੋੜ ਹੁੰਦੀ ਆ ਜਿਹੜੇ ਆਪਣੇ ਨਸ਼ਾ ਕਰਨ ਵਾਲੇ ਧੀ ਬੁੱਤ ਨੂੰ ਜਾਂ ਬਜ਼ੁਰਗ ਨੂੰ ਕਿਸੇ ਨੂੰ ਵੀ ਨਿੰਦਦੇ ਰਹਿੰਦੇ ਆ ਟਾਰਚਰ ਕਰਦੇ ਰਹਿੰਦੇ ਆ ਕੋਈ ਲੋੜ ਨਹੀਂ ਹੈਗੀ ਤੁਹਾਡਾ ਭਰਾ ਬੈਠਾ ਦਿਨ ਦੇ ਵਿੱਚ ਕਿੰਨੇ ਨਸ਼ਾ ਕਰਨ ਵਾਲੇ ਲੋਕਾਂ ਨੂੰ ਮੈਂ ਮਿਲਦਾ ਹੋਊਂਗਾ ਕਿਸ ਤਰ੍ਹਾਂ ਦੇ ਲੋਕਾਂ ਨੂੰ ਮਿਲਦਾ ਹੋਊਂਗਾ ਮੈਨੂੰ ਨਹੀਂ ਲੱਗਿਆ ਵੀ ਨਸ਼ਾ ਕਰਨ ਵਾਲਾ ਕੋਈ ਵੀ ਇਨਸਾਨ ਕਿਸੇ ਤੋਂ ਕਹੂਗਾ ਦਿਮਾਗ ਬਹੁਤ ਹੁੰਦਾ ਸੋਚ ਬਹੁਤ ਵਧੀਆ ਹੁੰਦੀ ਹੈ ਇਹਨਾਂ ਦੀ ਔਰ ਬਹੁਤ ਵਧੀਆ ਗੱਲਬਾਤ ਕਰਦੇ ਨੇ ਕਿਸੇ ਕਾਰਨ ਜੇ ਨਸ਼ੇ 'ਚ ਫਸ ਗਏ ਹੁਣ ਜੇ ਇੱਕ ਨਾਰਮਲ ਬੰਦੇ ਨੂੰ ਕੈਂਸਰ ਹੋ ਗਿਆ ਮੰਨ ਲਓ ਉਹ ਬੰਦਾ ਵੀਆਈਪੀਓ ਨੂੰ ਕੈਂਸਰ ਹੋ ਗਿਆ ਉਹਦੇ ਲਈ ਤਾਂ ਸਾਰੇ ਦੁਆਵਾਂ ਕਰਨ ਲੱਗ ਜਾਂਦੇ ਆ ਉਹਦੀ ਸਾਰੇ ਸੇਵਾ ਵੀ ਕਰਦੇ ਆ ਉਹਦਾ ਗੂਹਮੂਤ ਵੀ ਚੱਕ ਲੈਂਦੇ ਆ ਹੈਨਾ ਲੇਕਿਨ ਉਸੇ ਤਰ੍ਹਾਂ ਇਹ ਵੀ ਇੱਕ ਕੈਂਸਰ ਹੋ ਗਿਆ ਉਹਨੂੰ ਦਿਮਾਗ ਦਾ ਉਸੇ ਦਿਮਾਗ 'ਚ ਸੈਰੋਟੋਨਿਨ ਹਾਰਮੋਨ ਹੈ ਜਿਹੜਾ ਉਹਨੇ ਕਿਤੇ ਗਲਤੀ ਨਾਲ ਨਸ਼ਾ ਕਰ ਲਿਆ ਉਹ ਹਾਰਮੋਨ ਨੂੰ ਨੇ ਟੱਚ ਕਰਕੇ ਡੈਮੇਜ ਕਰਤਾ ਬਸ ਉਹ ਇੱਕ ਉਹਦਾ ਜਿਹੜਾ ਮੇਨ ਜਿਹੜਾ ਡਰਾਈਵਰ ਬੈਠਾ ਸੀਗਾ ਪਾਇਲਟ ਬੈਠਾ ਸੀ ਜਿਹੜਾ ਉਹ ਮਰ ਗਿਆ ਉਸ ਤੋਂ ਬਾਅਦ ਉਹਦੇ ਫਿਰ ਦਿਮਾਗ 'ਚ ਨਹੀਂ ਕੋਈ ਗੱਲ ਉਹਨੂੰ ਕੁਝ ਵੀ ਨਹੀਂ ਚੰਗਾ ਉਹਦਾ ਸਰੀਰ ਜਿੱਧਰ ਨੂੰ ਜਾਂਦਾ ਜਾਂਦਾ ਜਿਵੇਂ ਕਹਿੰਦੇ ਆ ਨਾ ਵੀ ਇੱਕ ਜਿਹੜੇ ਜਹਾਜ਼ ਦੇ ਵਿੱਚ ਪਾਇਲਟ ਹੀ ਨਹੀਂ ਰਿਹਾ ਉਹੀ ਸ਼ੂਟ ਪੈਰਾਸ਼ੂਟ ਰਾਂਝਾਲ ਮਾਰ ਗਿਆ ਤੇ ਜਹਾਜ਼ ਤਾਂ ਕਿਤੇ ਡੂਕੂ ਗਈ ਇਸੇ ਤਰ੍ਹਾਂ ਉਹਦਾ ਜਿਹੜਾ ਦਿਮਾਗ 'ਚ ਸੈਰੋਟੋਨਿਨ ਹਾਰਮੋਨ ਨਸ਼ਾ ਕਰਨ ਦੇ ਨਾਲ ਡਿਸਟਰਬ ਹੁੰਦਾ ਡੈਡ ਹੁੰਦਾ ਉਹ ਉਹ ਬੰਦੇ ਦਾ ਕੋਈ ਵੀ ਮਤਲਬ ਨਹੀਂ ਹੁੰਦਾ ਜਿੱਦਾਂ ਅਸੀਂ ਕਹਿੰਦੇ ਹੁੰਨੇ ਆ ਸਾਡੇ ਜਿਹੜੇ ਗੁਰੂ ਜੀ ਆ ਉਹ ਵੀ ਕਹਿੰਦੇ ਹੁੰਦੇ ਆ ਗੋਇਲ ਸਾਹਿਬ ਨਸ਼ਾ ਕਰਨ ਵਾਲਾ ਇਨਸਾਨ ਨਾ ਆਪਣੇ ਆਪ ਦਾ ਨਾ ਆਪਣੇ ਬਾਪ ਦਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੀ ਹੁੰਦਾ ਵੀ ਉਹ ਉਹ ਉਹਦੇ ਆਪਣੇ ਹੱਥ ਬਸ ਕੁਝ ਨਹੀਂ ਹੁੰਦਾ ਇਸ ਲਈ ਪੂਰੇ ਪਰਿਵਾਰ ਨੂੰ ਸੋਚਣਾ ਪਊਗਾ ਅੱਗੇ ਆਉਣਾ ਪਊਗਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਪੈਣਾ ਭਰਾਵਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕੋਈ ਵੀ ਇਨਸਾਨ ਨਸ਼ਾ ਕਰਦਾ ਇੱਕ ਵਾਰੀ ਕਿਸੇ ਵੀ ਤਰ੍ਹਾਂ ਔਖੇ ਸੌਖੇ ਹੋ ਕੇ ਜਿੰਮੇ ਮਰਜੀ ਟਾਈਮ ਕੱਢੋ ਇੱਕ ਵਾਰੀ ਫੋਨ ਕਰੋ 10 ਵਾਰੀ ਫੋਨ ਕਰੋ ਇਹ ਤੁਹਾਨੂੰ ਵੀ ਪਤਾ ਇੱਕ ਨਾਰ ਸੌ ਬਿਮਾਰ ਦਿਨ ਦੇ ਵਿੱਚ 8 800 9 900 ਟੈਲੀਫੋਨ ਆਉਂਦਾ ਉਹਨੂੰ ਸਾਂਭਣਾ ਜਾਂ ਸੁਣਨਾ ਸਾਡੇ ਲਈ ਵੀ ਇੱਕ ਮਾੜੀ ਮੋਟੀ ਗੱਲ ਨਹੀਂ ਹੈਗੀ ਪਰ ਕੋਸ਼ਿਸ਼ ਪੂਰੀ ਹੁੰਦੀ ਹੈ ਤੁਸੀਂ ਪੂਰੀ ਕੋਸ਼ਿਸ਼ ਕਰੋ ਮੈਨੂੰ ਮਿਲਣ ਦੀ ਕੋਸ਼ਿਸ਼ ਕਰੋ ਚੰਡੀਗੜ੍ਹ ਬੈਠੇ ਆਂ ਆਪਾਂ ਸੈਕਟਰ 44 ਦੇ ਵਿੱਚ ਆਪਣਾ ਕਲੀਨਿਕ ਹੈ 372 ਨੰਬਰ ਆਪਣੇ ਸ਼ੋਰੂਮ ਦਾ ਹੈ ਸਵੇਰੇ 10 ਵਜੇ ਕਲੀਨਿਕ ਖੁੱਲ ਜਾਂਦਾ ਹੈ ਸ਼ਾਮ ਨੂੰ 6 ਵਜੇ ਤੱਕ ਮੈਂ ਵੀ ਇੱਥੇ ਹੁੰਨਾ ਸਾਡੇ ਡਾਕਟਰ ਵੀ ਇੱਥੇ ਹੁੰਦੇ ਨੇ ਮੇਰੀ ਥੋੜੀ ਬੀ ਦੀ ਐਬਸੈਂਟ ਜਰੂਰ ਰਹਿੰਦੀ ਹੈ ਪਰ ਸਾਡੇ ਡਾਕਟਰ ਜਿਹੜੇ ਆ ਉਹ ਪੱਕੇ ਟਾਈਮ ਦੇ ਹੈਗੇ ਆ ਪੂਰਾ ਟਾਈਮ ਦਿੰਦੇ ਆ ਇਸ ਕਰਕੇ ਨਸ਼ਾ ਜੀ ਤੁਸੀਂ ਛੱਡਣਾ ਚਾਹੁੰਦੇ ਹੋ ਬਿਨਾ ਤੋੜ ਬਿਨਾ ਤਕਲੀਫ ਔਰ ਬਿਨਾ ਦਾਖਲ ਕੀਤੇ ਤਾਂ ਇਹ ਆਪਣੇ ਕੋਲੇ ਇੱਕ ਬਹੁਤ ਹੀ ਗੁੱਡ ਗੁਰੂ ਮਹਾਰਾਜ ਦਾ ਅਸ਼ੀਰਵਾਦ ਹੈ ਨਰਵੋ ਪਲਸ ਡੀ ਦੇ ਨਾਮ ਤੇ ਗਵਰਨਮੈਂਟ ਕੋਲੋਂ ਸਰਟੀਫਾਈਡ ਆ ਜੀ ਐਮ ਪੀ ਸਰਟੀਫਾਈਡ ਆ ਇਹ ਚ ਜੋ ਜੋ ਫਾਰਮੂਲਾ ਪਾਇਆ ਬੜਾ ਸ਼ੁੱਧ ਸਾਫ ਲਫ਼ਜ਼ਾਂ ਚ ਲਿਖਿਆ ਹੈ ਇੱਕ ਇੱਕ ਫਾਰਮੂਲੇ ਨੂੰ ਗੂਗਲ ਤੇ ਪਾਈ ਜਾਓ ਸਰਚ ਕਰੀ ਜਾਓ ਪੜੀ ਜਾਓ ਤੁਹਾਨੂੰ ਪਤਾ ਲੱਗੂਗਾ ਵੀ ਵਾਕਈ ਅਗਰ ਦੁਨੀਆ ਚ ਕੋਈ ਨਸ਼ਾ ਛਡਾਉਣ ਦੀ ਦਵਾਈ ਹੈਗੀ ਹੈ ਸੱਚ ਮਿਹਣਿਆਂ ਦੇ ਵਿੱਚ ਤਾਂ ਉਹ ਇੱਕ ਇਹ ਦਵਾਈ ਆ ਇਹਦਾ ਜਿਹੜਾ ਤੁਸੀਂ ਲੈਣ ਦਾ ਤਰੀਕਾ ਉਹ ਤੁਹਾਨੂੰ ਜਿਹੜਾ ਸਮਝਾਇਆ ਜਾਊਗਾ ਤੁਹਾਨੂੰ ਦੱਸਿਆ ਜਾਊਗਾ ਦਵਾਈ ਘਰੇ ਵੀ ਮੰਗਾਉਣੀ ਆ ਤਾਂ ਵੀ ਤੁਹਾਨੂੰ ਮਿਲ ਜੂ ਆਕੇ ਲੈ ਕੇ ਜਾਣੀ ਆ ਤਾਂ ਵੀ ਜਰੂਰ ਮਿਲੋਗੇ ਜੀ ਗੁਹਿਲ ਸਾਹਿਬ ਬੜੇ ਅਹਿਮ ਵਿਸ਼ੇ ਦੇ ਉੱਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਹੈ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਅੱਜ ਇੱਕ ਤੁਹਾਨੂੰ ਸਟੋਰੀ ਦੱਸਾਂ ਮੈਂ ਛੋਟੀ ਜੀ ਸਟੋਰੀ ਹੈ 2-3 ਮਿੰਟ ਦੀ ਮੈਂ ਚਾਹੁੰਗਾ ਕਿ ਉਹ ਤੁਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਦਿਓ ਕਿ ਇੱਕ ਨਾ ਲੜਕਾ ਹੁਣ ਦੀ ਤਾਜੀ ਸਟੋਰੀ ਹੈ ਇਹ ਕੋਈ ਮੇਰਾ ਕੀ ਲਾ 25 30 ਦਿਨ ਪਹਿਲਾਂ ਮੇਰੇ ਕੋਲ ਆਇਆ ਸੀ ਜੇ ਕਿਤੇ ਉਹਦੀ ਫੋਟੋ ਮੈਂ ਤੁਹਾਨੂੰ ਦਿਖਾ ਦਵਾ 25 30 ਦਿਨ ਪਹਿਲਾਂ ਮੈਂ ਆਪਦੇ ਨਾਲ ਖੜਾ ਕੇ ਖਿੱਚ ਲੈਣਾ ਹੁੰਨਾ ਤਾਂ ਉਸ ਦਿਨ ਉਹ ਲੜਕਾ ਐ ਲੱਗਦਾ ਸੀ ਜਿਵੇਂ ਪਤਾ ਨਹੀਂ ਕਿੰਨੇ ਕੁ ਗਰੀਬ ਪਰਿਵਾਰ ਦਾ ਕਿੰਨੇ ਕੁ ਗਿਰੇ ਹੋਏ ਲੋਕਾਂ ਦੇ ਖਾਨਦਾਨ ਚੋਂ ਐ ਪਰ ਉਹ ਇੰਨਾ ਅਮੀਰ ਔਰ ਏਡਾ ਵੱਡਾ ਆਦਮੀ ਸੀ ਅੱਜ ਉਹ 30 ਦਿਨ ਬਾਅਦ ਜਦ ਮੇਰੇ ਕੋਲ ਆਇਆ ਤਾਂ ਉਹਦੀ ਕੋਈ ਟੌਹਰੀ ਅਲੱਗ ਸੀ ਮਹਲੂ ਉਹਨੂੰ ਮੈਂ ਦੇਖ ਕੇ ਖੁਦ ਨਹੀਂ ਪਛਾਣ ਪਾਇਆ ਮੈਂ ਕਿਹਾ ਜੀ ਕਿ ਮੈਂ ਕੰਧਾ ਗੋਇਲ ਸਾਹਿਬ ਬਸ ਕਿਰਪਾ ਹੋ ਗਈ ਗੁਰੂ ਮਹਾਰਾਜ ਦੀ ਇਸ ਦਵਾਈ ਨੇ ਕੰਮ ਕੀਤਾ ਸੱਚੀ ਸੀਨਾ ਫੁੱਲ ਜਾਂਦਾ ਉਹਦੀ ਘਰ ਵਾਲੀ ਉਹਦੇ ਨਾਲ ਸੀ ਕਹਿੰਦੀ ਵੀਰ ਜੀ ਮੈਨੂੰ ਵੀ ਦਿਓ ਮੇਰੇ ਗੋਡਿਆਂ ਦੀ ਦਵਾਈ ਕਹਿੰਦੀ ਪਹਿਲਾਂ ਤਾਂ ਮੈਨੂੰ ਐਂ ਲੱਗਦਾ ਸੀ ਤੁਹਾਡਾ ਵੀ ਐਜੇ ਕੰਮ ਹੋ ਪਰ ਮੇਰੇ ਹਸਬੰਦ ਠੀਕ ਹੋ ਗਏ ਹੁਣ ਮੈਂ ਵੀ ਭਰੋਸੇ ਨਾਲ ਤੁਹਾਡੀ ਦਵਾਈ ਖਾ ਸਕਦੀ ਆ ਇਹ ਇੱਕ ਬਹੁਤ ਬੜੀ ਗੱਲ ਹੁੰਦੀ ਹੈ ਜਦੋਂ ਕੋਈ ਪਰਿਵਾਰ ਤੁਹਾਡੇ ਤੇ ਭਰੋਸਾ ਕਰਦਾ ਔਰ ਉਹਦਾ ਸਾਡਾ ਵੀ ਹੌਸਲਾ ਦੁੱਗਣਾ ਹੋ ਜਾਂਦਾ ਔਰ ਮੈਂ ਜਿੰਨੇ ਵੀ ਤੁਹਾਡੇ ABC ਨਿਊਜ਼ ਦੇਖਣ ਵਾਲੇ ਦਰਸ਼ਕ ਜਿੰਨੇ ਵੀ ਹੈਗੇ ਆ ਮੈਂ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਕਿ ਇਹ ਵੀਡੀਓ ਦੇਖ ਕੇ ਜੇ ਤੁਹਾਨੂੰ ਲੱਗੇ ਵੀ ਵਧੀਆ ਬਣਿਆ ਵਧੀਆ ਗੱਲਬਾਤ ਆਪਾਂ ਦੇਤੀ ਮੈਸੇਜ ਅੱਛਾ ਦਿੱਤਾ ਤਾਂ ਤੁਸੀਂ ਜਿਹੜਾ ਇਹਦਾ ਸਬਸਕ੍ਰਾਈਬ ਦਾ ਬਟਨ ਆ ਉਹ ਵੀ ਦਬਾ ਦਿਓ ਘੰਟੀ ਵਾਲੇ ਬਟਨ ਤੇ ਜਰੂਰ ਹੱਥ ਲਾ ਦਿਆ ਕਰੋ ਤਾਂ ਕਿ ਹਰ ਵੀਡੀਓ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚੇ ਬਾਕੀ ਤੁਹਾਡੇ ਭਰਾ ਸੁਭਾਸ਼ ਗੋਇਲ ਵੱਲੋਂ ਤੁਹਾਨੂੰ ਬਹੁਤ-ਬਹੁਤ ਪਿਆਰ ਪਰਿਸ਼ਤਕਾਰ ਪਰਿ ਸਤਿ ਸ਼੍ਰੀ ਅਕਾਲ ਜਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਜੀ ਬਹੁਤ ਸ਼ੁਕਰੀਆ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸਨ ਸਾਡੇ ਨਾਲ ਸੁਭਾਸ਼ ਗੋਇਲ ਜੀ ਜਿਨ੍ਹਾਂ ਦੇ ਮੂੰਹੋਂ ਤੁਸੀਂ ਸੁਣਿਆ ਔਰ ਜਿਹੜਾ ਇਹਨਾਂ ਨੇ ਦਾਵਾ ਕੀਤਾ ਔਰ ਖਾਸ ਕਰਕੇ ਵੱਡੀ ਗੱਲ ਇਹ ਹੈ ਕਿ ਬਿਨਾ ਕਿਸੇ ਦਾਖਲ ਹੋਇਆ ਬਿਨਾ ਕਿਤੇ ਘਰ ਤੋਂ ਬਾਹਰ ਰਹਿਣ ਦੇ ਘਰ ਬੈਠਿਆਂ ਹੀ ਨਸ਼ਾ ਤੁਸੀਂ ਛੱਡ ਸਕਦੇ ਹੋ ਔਰ ਜੇਕਰ ਇਸ ਕੋਡ ਦੇ ਵਿੱਚੋਂ ਨਿਕਲਣਾ ਹੈ ਬਚਣਾ ਤਾਂ ਜਲਦ ਤੋਂ ਜਲਦ ਤੁਹਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂਕਿ ਨਸ਼ੇ ਦੇ ਵਿੱਚ ਫਸੇ ਦਲਦਲ ਦੇ ਵਿੱਚ ਫਸੇ ਛੇਤੀ ਨਿਕਲ ਸਕਣ ਫਿਲਹਾਲ ਅੱਜ ਦੀ ਮੁਲਾਕਾਤ ਵਿੱਚ ਇੰਨਾ ਹੀ ਮੈਨੂੰ ਦਿਵਾ ਗਿਆ ਧੰਨਵਾਦ